ਇੱਕ ਸਾਬਕਾ ਇੰਸਪੈਕਟਰ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਚੋਰਾਂ ਦੇ ਵੱਲੋਂ ਘਰ ਦੇ ਵਿੱਚ ਲੱਗੀਆਂ ਟੂਟੀਆਂ ਤੱਕ ਖੋਲ ਲਈਆਂ ਗਈਆਂ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ ਇੰਸਪੈਕਟਰ ਹੈ ਉਹ ਆਪਣੇ ਘਰ ਨੂੰ ਬੰਦ ਕਰਕੇ ਦੂਸਰੇ ਪਲਾਟ ਦੇ ਵਿੱਚ ਸਬਜ਼ੀਆਂ ਲੈਣ ਦੇ ਲਈ ਗਿਆ ਸੀ, ਪਰ ਜਿਵੇਂ ਹੀ ਉਸਦੀ ਪਤਨੀ ਨੇ ਆ ਕੇ ਗੇਟ ਖੋਲਿਆ ਤਾਂ ਅੰਦਰ ਇੱਕ ਸ਼ਖਸ ਖੜਾ ਦਿਖਾਈ ਦਿੱਤਾ ਤੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੀਵਾਰ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ 'ਤੇ ਹੀ ਜੋ ਇੰਸਪੈਕਟਰ ਹੈ ਉਸਦੀ ਪਤਨੀ ਨੇ ਸ਼ੋਰ ਮਚਾਇਆ ਤਾਂ ਮੁਹੱਲੇ ਦੇ ਵਿੱਚ ਖੜ੍ਹੇ ਲੋਕ ਭੱਜ ਕੇ ਆਉਂਦੇ ਨੇ ਅਤੇ ਉਸ ਚੋਰ ਨੂੰ ਕਾਬੂ ਕਰ ਲਿਆ ਜਾਂਦਾ। ਹਾਲਾਂਕਿ ਚੋਰ ਨੇ ਖੁਦ ਮੰਨਿਆ ਕਿ ਉਹ ਇਸ ਘਰ ਦੇ ਵਿੱਚ ਦੀਵਾਰ ਟੱਪ ਕੇ ਅੰਦਰ ਵੜਿਆ ਸੀ ਅਤੇ ਉਸਨੇ ਟੂਟੀਆਂ ਖੋਲੀਆਂ ਨੇ। ਹਾਲਾਂਕਿ ਮੌਕੇ ਦੇ ਉੱਤੇ ਲੋਕਾਂ ਨੇ ਉਸ ਚੋਰ ਦੀ ਛਿੱਤਰ ਪਰੇਡ ਵੀ ਕੀਤੀ ਅਤੇ ਮੌਕੇ 'ਤੇ ਹੀ ਪੁਲਿਸ ਨੂੰ ਵੀ ਬੁਲਾਇਆ ਜਾਂਦਾ, ਜਿਸ ਤੋਂ ਬਾਅਦ ਉਸ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ। ਤਾਂ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸਾਬਕਾ ਇੰਸਪੈਕਟਰ ਦੇ ਘਰ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਵਾਪਰੀ ਹੈ। ਚੋਰ ਦੇ ਵੱਲੋਂ ਘਰ ਦੇ ਅੰਦਰ ਲੱਗੀਆਂ ਟੂਟੀਆਂ ਤੱਕ ਖੋਲ੍ਹ ਲਈਆਂ ਗਈਆਂ। ਹਾਲਾਂਕਿ ਜਿਵੇਂ ਹੀ ਇੰਸਪੈਕਟਰ ਦੀ ਪਤਨੀ ਘਰ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਉਹ ਸ਼ਖਸ ਖੜਾ ਦਿਖਾਈ ਦਿੰਦਾ, ਜਿਸ ਨੂੰ ਤੁਰੰਤ ਪਕੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਘਰ ਦੀ ਦੀਵਾਰ ਟੱਪ ਕੇ ਫਰਾਰ ਹੋ ਜਾਂਦਾ। ਪਰ ਜਿਵੇਂ ਹੀ ਮੁਹੱਲੇ ਦੇ ਲੋਕ ਉਹ ਸ਼ੋਰ ਸੁਣਦੇ ਨੇ ਤਾਂ ਨੌਜਵਾਨਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ। ਭਾਈ ਇਧਰ ਚੱਲਾ ਸੀ, ਜਿੰਦਾ ਲੱਗਾ ਸੀ, ਮੈਂ ਪੜ ਗਿਆ, ਬਸ ਮੇਰੀ ਇਹੀ ਗਲਤੀ ਆ। ਨਹੀਂ ਅੰਦਰ ਗੱਲ ਹੀ ਬੜਿਆ ਤੂੰ, ਅੰਦਰ ਗੱਲ ਹੀ ਬੜਿਆ ਮੈਂ। ਕਿੰਨੀਆਂ ਟੂਟੀਆਂ ਤੋੜੀਆਂ ਅੱਜ? ਬਸ ਦੋ ਤਿੰਨ ਤੋੜਿਆ ਸੀ ਭਾਜੀ, ਬਸ ਹੋਰ ਕੁਝ ਨਹੀਂ। ਮੰਨਦਾ ਤੂੰ ਚੋਰੀ ਕੀਤੀ? ਹਾਂ ਭਾਜੀ, ਇੱਥੇ ਮੰਨਦਾ ਮੈਂ ਕੀਤਾ, ਹੋਰ ਕਿਤੇ ਨਹੀਂ। ਰਹਿਣਾ ਕਿੱਥੇ ਤੂੰ? ਕੋਤਾ ਰੋਡ ਜੀ, ਅਮਰ ਪੈਲਸ ਕੋਲ। ਇੱਥੇ ਕੀ ਕਰਨ ਆ ਗਏ? ਇੱਧਰੋਂ ਭਾਜੀ ਚੱਲਣਾ ਸੀਗਾ ਮੈਂ। ਪੰਗ ਪੁੰਗ ਮਲ ਕੇ ਪੀ ਲੈਦਾ, ਕਿਥੋਂ ਮਿਲੂਗਾ ਅੰਕਲ ਜੀ? ਬਸ ਕੋਠੀ ਦੇ ਅੰਦਰ ਗੱਲ ਹੀ ਬੜੇ ਅੰਕਲ ਜੀ, ਇਹ ਗਲਤੀ ਆ। ਨਹੀਂ ਗੱਲ ਦੀ ਗੱਲ ਲੱਗਾ ਸੀ, ਚੱਲ ਗਿਆ। ਨਹੀਂ ਇੱਥੇ ਕਿਰਾਏ ਤੇ ਰਹਿੰਦਾ ਤੂੰ? ਹਾਂਜੀ। ਨਹੀਂ ਇੱਥੇ? ਇੱਥੇ ਨਹੀਂ ਜੀ, ਉੱਧਰ ਰਹਿੰਦਾ ਜੀ। ਮੈਂ ਐਕਸ ਹੌਲਦਾਰ ਅਮਰਜੀਤ ਸਿੰਘ। ਹਾਂਜੀ ਸਰ, ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਖੜੇ ਹੋ? ਅਸੀਂ ਜੀ ਇੱਥੋਂ ਸਿਰਫ 10 ਮਿੰਟ ਲਈ ਸ਼ਿਵਾ ਜੀ ਨਗਰ ਗਲੀ ਨੰਬਰ 3 'ਚ ਮੇਰਾ ਇੱਕ ਪਲਾਟ ਹੈ, ਉੱਥੇ ਮੈਂ ਸਬਜ਼ੀ ਬੀਜੀ ਹੋਈ ਹੈ ਅਤੇ ਧਨੀਆ ਲੈਣ ਰਹੇ ਸੀ। ਤੀਵੀਂ ਆਦਮੀ ਦੋਨੋਂ ਉੱਥੇ ਗਏ ਤਾਲਾ ਲਗਾ ਕੇ ਅਤੇ ਹਜੇ 10 ਮਿੰਟ ਵੀ ਨਹੀਂ ਹੋਏ, ਮੇਰੀ ਘਰਵਾਲੀ ਮੈਂ ਵਾਪਸ ਭੇਜਤੀ। ਮੈਂ ਉੱਥੇ ਪਲਾਟ ਦੇ ਵਿੱਚ ਥੋੜ੍ਹਾ ਕੰਮ ਕਰਨ ਲੱਗ ਪਿਆ, ਜਦ ਮੇਰੀ ਘਰਵਾਲੀ ਨੇ ਆ ਕੇ ਤਾਲਾ ਖੋਲ੍ਹਿਆ, ਅੰਦਰ ਇੱਕ ਆਦਮੀ ਇਹ ਵੜਿਆ ਹੋਇਆ ਸੀ ਔਰ ਟੂਟੀਆਂ ਇਹਨੇ ਤੋੜ ਕੇ, ਜਿੱਦਾਂ ਹੀ ਉਹ ਗੇਟ ਖੋਲ੍ਹਿਆ ਇਹ ਆਦਮੀ ਉੱਪਰ ਕੰਧ ਟੱਪ ਕੇ ਅਤੇ ਉੱਪਰ ਛਾਲ ਮਾਰੀ। ਮੇਰੀ ਘਰਵਾਲੀ ਨੇ ਸ਼ੋਰ ਮਚਾਇਆ, ਉਸ ਤਰ੍ਹਾਂ ਤਾਂ ਅਸੀਂ ਪੁਰਾਣੇ ਸੀਨੀਅਰ ਸਿਟੀਜ਼ਨ ਬੁੜੇ ਆਦਮੀ ਆ ਅਤੇ ਗੁਆਂਢੀ ਸਾਡੇ ਨਾਲ ਫੈਕਟਰੀ ਦੇ ਮੁੰਡੇ ਨਵੇਂ ਜੰਗ ਕੰਮ ਕਰਦੇ ਆ, ਉਹਨਾਂ ਨੇ ਭੱਜ ਕੇ ਜਾ ਕੇ ਇਹਨੂੰ ਫੜ ਕੇ ਲਿਆਂਦਾ ਔਰ ਫੜ ਕੇ ਲਿਆ ਕੇ ਹੁਣ ਅਸੀਂ ਦੂਸਰਾ ਕੀਤਾ ਹੋਇਆ। ਇਹਦੀ ਪਹਿਚਾਣ ਵਗੈਰਾ ਹੋਈ? ਇਹਦੀ ਪਹਿਚਾਣ ਇਹ ਕਹਿੰਦਾ ਮੇਰਾ ਨਾਮ ਮੁਸਤਫਾ ਹੈ, ਖੇੜਾ ਰੋਡ 'ਤੇ ਮੈਂ ਰਹਿੰਦਾ ਹਾਂ ਅਤੇ ਲਾਲ ਇਹਦੀ ਮਾਂ ਕਹਿੰਦੀ ਇਹਦਾ ਮੋਬਾਈਲ ਰੱਖਿਆ ਹੋਇਆ ਜੀ। ਪੁਲਿਸ ਵਾਲਿਆਂ ਨੂੰ ਫੋਨ ਕੀਤੇ ਨੂੰ ਸਾਨੂੰ ਅੱਧਾ ਘੰਟਾ ਹੋ ਚੱਲਿਆ, ਘੰਟਾ ਹੀ ਹੋ ਚੱਲਿਆ ਆ। 112 ਤੇ ਤਾਂ 100 ਤੇ ਵੀ ਰਹਿੰਦਾ, ਖੇੜਾ ਰੋਡ 'ਤੇ ਸੋਤਣਾ ਰੋਡ 'ਤੇ ਰਹਿੰਦਾ। ਇਹ ਕਹਿੰਦਾ ਮੈਂ ਖੇੜਾ
ਅਮਰ ਨਗਰ ਹੈ ਕਹਿੰਦਾ ਮੇਰਾ ਕੋਈ ਪੱਕਾ ਖੇੜਾ ਰੋਡ ਦੱਸ ਨਹੀਂ ਖੇੜਾ ਰੋਡ 'ਤੇ ਕਹਿ ਰਿਹਾ ਖੇੜਾ ਰੋਡ ਕਹਿ ਰਿਹਾ ਤਾਂ ਹੈਗਾ ਅਮਰ ਨਗਰ ਉਹ ਮਾਂ ਕਹਿ ਰਹੀ ਆ ਮੈਂ ਲਾਲ ਪੈਲਸ ਆ ਪੂਰਾ ਅਸਲੀ ਦੱਸ ਨਹੀਂ ਰਿਹਾ ਇਹ ਗਾਂਜਾ ਸੁੰਘਦਾ ਇਹਦੇ ਕੋਲੋਂ ਗਾਂਜਾ ਵੀ ਪ੍ਰਾਪਤ ਹੋਇਆ ਅਤੇ ਪੁਲਿਸ ਕੰਪਲੇਂਟ ਕੀਤੀ ਪੁਲਿਸ ਕੰਪਲੇਂਟ ਮੈਂ ਜੀ 100 ਨੰਬਰ 'ਤੇ ਵੀ ਮਾਰੀ ਹੈ ਔਰ 112 ਨੰਬਰ 'ਤੇ ਵੀ ਹੈ ਮੈਂ ਘੰਟਾ ਹੋ ਗਿਆ ਮੈਂ ਉਹਨਾਂ ਨੂੰ ਦੂਸਰਾ ਕੀਤਾ ਹੋਇਆ ਅਤੇ ਹਜੇ ਤੱਕ ਕੋਈ ਇੱਥੇ ਮੈਨੂੰ ਪਹੁੰਚਿਆ ਨਹੀਂ ਹੈ ਜਿੱਦਾਂ ਸ਼ਹਿਰ ਵਾਸੀ ਇਹਨਾਂ ਨੂੰ ਮਤਲਬ ਜਿੱਦਾਂ ਸ਼ਹਿਰ ਵਾਸੀਆਂ ਦੇ ਵਿੱਚ ਹੋ ਰਿਹਾ ਮਤਲਬ ਚੋਰੀ ਦੀਆਂ ਵਾਰਦਾਤਾਂ ਬਹੁਤ ਵਾਰਦਾਤਾਂ ਹੋ ਰਹੀਆਂ ਥੋੜ੍ਹੇ ਦਿਨ ਪਹਿਲਾਂ ਸਾਡੇ ਇੱਥੇ ਗੁਆਂਢ ਇੱਕ ਫੈਕਟਰੀ ਦੇ ਵਿੱਚ 2 ਲੱਖ ਦਾ ਸਮਾਨ ਚੱਕ ਲਿਆ ਅਨਾਲ ਜੀ ਆ ਅਤੇ ਹੁਣ ਇਹਦੀ ਤਫਤੀਸ਼ ਕੀਤੀ ਜਾਵੇ ਪ੍ਰਸ਼ਾਸਨ ਕੋਲ ਕੀ ਮੰਗ ਰੱਖਦੇ ਆਪਾਂ ਹਾਂਜੀ ਮੈਂ ਮੰਗਣਾ ਕੀ ਆ ਮੈਂ ਪੁਲਿਸ ਵਾਲੇ ਆ ਕੇ ਕੰਪਲੇਂਟ ਮੇਰੇ ਦੇਖਣ ਮੇਰੀ ਇੱਕ ਇੱਕ ਫੈਂਸੀ ਟੁੱਟੀ ਜਿਹੜੀ ਆ 900 ਰੁਪਏ ਦੀ ਜਿਹੜੀ ਇਹਨੇ ਤੋੜ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਮੇਰਾ ਤਕਰੀਬਨ ਕੋਈ 3 ਕੁ ਹਜ਼ਾਰ 3-4 ਹਜ਼ਾਰ ਦਾ ਨੁਕਸਾਨ ਕਰ ਦਿੱਤਾ